ਪੰਜਾਬ ਵਿੱਚ ਸਭ ਤੋਂ ਜ਼ਿਆਦਾ ਮਹਿੰਗੀ ਬਿਜਲੀ ਨੇ ਆਮ ਜਨਤਾ ਦਾ ਕਚੂਮਰ ਕਰ ਦਿੱਤਾ ਹੈ ਅਤੇ ਨਾਭਾ ਦੀ ਸਬ ਤਹਿਸੀਲ ਭਾਦਸੋ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੇਵ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਹੁਣ ਆਖਿਆ ਕਿ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਸੂਬੇ ਦੀ ਸਰਕਾਰ ਨੇ ਬਿਜਲੀ ਯੂਨਿਟ ਵਿੱਚ ਵਾਧਾ ਕਰਕੇ ਤਾਨਾਸ਼ਾਹੀ ਹੋਣ ਦਾ ਸਬੂਤ ਦੇ ਦਿੱਤਾ ਹੈ। ਹੁਣ ਆਖਿਆ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 1 ਰੁਪਏ ਪ੍ਰਤੀ ਯੂਨਿਟ ਵਸੂਲ ਰਹੀ ਹੈ ਤਾਂ ਪੰਜਾਬ ਸਰਕਾਰ 10 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਰਹੀ ਹੈ, ਜਿਸ ਨਾਲ ਲੋਕਾਂ ਦਾ ਕਚੂਮਰ ਕੱਢਿਆ ਜਾ ਰਿਹਾ ਹੈ। ਦੇਵਮਾਨ ਨੇ ਆਖਿਆ ਕਿ ਗਰੀਬਾਂ ਦਾ ਬਿੱਲ 1 ਲੱਖ ਤੋਂ ਉੱਪਰ ਆ ਰਿਹਾ, ਗਰੀਬ ਲੋਕ ਕਿੱਥੇ ਜਾਣ। ਇਸ ਮੌਕੇ ਭੀਮ ਸਿੰਘ ਨੇ ਆਖਿਆ ਕਿ ਉਹ ਗਰੀਬ ਆਦਮੀ ਹੈ, ਉਹ ਦਿਹਾੜੀ ਕਰਦਾ ਹੈ ਤੇ ਉਸ ਨੂੰ 1,43,000 ਦਾ ਬਿੱਲ ਭੇਜ ਦਿੱਤਾ ਗਿਆ। ਉਸਨੇ ਆਖਿਆ ਕਿ ਉਹ ਸਵੇਰੇ ਦਿਹਾੜੀ ਕਰਕੇ ਸ਼ਾਮ ਨੂੰ ਘਰ ਵਾਪਿਸ ਪਰਤਦਾ, ਪਰ ਫਿਰ ਵੀ ਉਸ ਨੂੰ ਲੱਖਾਂ ਦਾ ਬਿੱਲ ਭੇਜਿਆ ਗਿਆ। ਸਵੇਰੀ ਵਾਜਾ ਨਾ ਸ਼ਾਮ ਨੂੰ ਘਰ ਆਵਾਂ, ਤੈਨੂੰ 1.5 ਲੱਖ ਰੁਪਈਆ ਬਿੱਲ ਦਾ ਹਰੇਕ ਬਾਰੇ ਆ ਜਾਂਦਾ, ਇਹਦਾ ਕੋਈ ਮਸਲਾ ਹੱਲ ਹੋਣਾ ਚਾਹੀਦਾ। ਤੁਸੀਂ ਕੰਮ ਕੀ ਕਰਦੇ ਹੋ? ਅਸੀਂ ਜੀ ਭੱਠੇ ਦੇ ਕੰਮ ਕਰਦੇ ਹਾਂ। ਅੱਛਾ, ਸਵੇਰੀ ਜਾਂਦੇ ਹਾਂ, ਸ਼ਾਮ ਨੂੰ ਘਰ ਆਉਂਦੇ ਹਾਂ। ਠੀਕ ਆ, ਤੁਹਾਨੂੰ ਬਿੱਲ ਮਾਫ਼ ਵੀ ਆ ਕੁਛ? ਬਿੱਲ ਸਾਨੂੰ ਮਾਫ਼ ਨੇ ਜੀ। ਮਾਫ਼ ਨੇ? ਹਾਂ ਜੀ। ਅਤੇ ਫਿਰ ਵੀ 1.5 ਲੱਖ ਰੁਪਈਆ ਬਿੱਲ ਆਇਆ? ਹਾਂ ਜੀ। ਵਿਧਾਨ ਸਭਾ ਨਾਭਾ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਜੀ। ਵੈਸੇ ਤਾਂ ਪੂਰਾ ਪੰਜਾਬ ਇਸ ਵਕਤ ਕਾਂਗਰਸ ਦੇ ਖਿਲਾਫ਼ ਹੈ ਜੀ। ਕਾਂਗਰਸ ਨੇ ਝੂਠ ਬੋਲ ਕੇ ਪਹਿਲਾਂ 2017 ਸਰਕਾਰ ਬਣਾਈ, ਹੁਣ ਝੂਠ ਬੋਲ ਕੇ ਵੋਟਾਂ ਲੈ ਲਈਆਂ ਕਿ ਜੀ ਅਸੀਂ ਹੁਣ ਬਿਜਲੀ ਮਹਿੰਗੀ ਨਹੀਂ ਕਰਾਂਗੇ, ਪਰ ਹਾਲੇ 10-12 ਦਿਨ ਹੋਏ ਆ ਜੀ ਵੋਟਾਂ ਪਈਆਂ ਨੂੰ, ਔਰ ਇਹਨਾਂ ਨੇ ਹੁਣੇ ਫਰਮਾਨ ਜਾਰੀ ਕਰਤਾ ਕਿ 8 ਪੈਸੇ ਪ੍ਰਤੀ ਯੂਨਿਟ ਬਿਜਲੀ ਮਹਿੰਗੀ ਕਰਤੀ ਹੈ ਪੂਰੇ ਪੰਜਾਬ ਦੇ ਵਿੱਚ। ਪੰਜਾਬ ਬਿਜਲੀ ਬਣਾਉਂਦਾ, ਅੱਗੇ ਸੁਖਬੀਰ ਸਿੰਘ ਬਾਦਲ ਵੀ ਬਹੁਤ ਬੜਕਾ ਮਾਰ ਕੇ ਕਹਿੰਦਾ ਹੁੰਦਾ ਸੀ ਕਿ ਪੰਜਾਬ 'ਚ ਬਿਜਲੀ ਸਰਪਲਸ, ਅਸੀਂ ਤਾਂ ਪਾਕਿਸਤਾਨ ਨੂੰ ਵੇਚਦੇ ਹਾਂ, ਔਰ ਹੁਣ ਵੀ ਬਿਜਲੀ ਸਰਪਲਸ ਹੈ। ਅਗਰ ਪੰਜਾਬ ਦੇ ਵਿੱਚ ਬਿਜਲੀ ਸਰਪਲਸ ਹੈ ਤਾਂ ਫਿਰ ਸਭ ਤੋਂ ਸਸਤੀ ਹੋਣੀ ਚਾਹੀਦੀ ਆ ਹਿੰਦੁਸਤਾਨ ਦੇ ਵਿੱਚ, ਪਰ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਮਹਿੰਗੀ ਬਿਜਲੀ ਅਗਰ ਹੈ ਤਾਂ ਪੰਜਾਬ ਦੇ ਵਿੱਚ ਹੈ, ਪੰਜਾਬ ਬਿਜਲੀ ਬਣਾਉਂਦਾ ਇਸ ਦੇ ਬਾਵਜੂਦ ਵੀ। ਔਰ ਦਿੱਲੀ ਪੰਜਾਬ ਤੋਂ ਬਿਜਲੀ ਲੈਂਦਾ ਜੀ, ਦਿੱਲੀ 'ਚ ਆਮ ਪਾਰਟੀ ਸਰਕਾਰ ਹੈ, ਝਾੜੂ ਦੀ ਸਰਕਾਰ ਹੈ, ਅਰਵਿੰਦ ਕੇਜਰੀਵਾਲ ਦੀ ਸਰਕਾਰ ਹੈ, ਉੱਥੇ 1 ਰੁਪਿਆ ਯੂਨਿਟ ਜਿਹੜੀ ਹੈ ਜੀ ਮਿਲ ਰਹੀ ਹੈ ਗਰੀਬਾਂ ਨੂੰ, 200 ਯੂਨਿਟ ਫ੍ਰੀ ਮਿਲ ਰਹੀ ਹੈ, ਔਰ ਜਿਹੜਾ ਬਾਕੀ ਬਿੱਲ ਆਉਂਦਾ 1 ਰੁਪਏ ਯੂਨਿਟ ਦੇ ਹਿਸਾਬ ਨਾਲ ਆਉਂਦਾ ਜੀ। ਇਹ ਸਰਾਸਰ ਧੋਖਾ ਜੀ ਪੰਜਾਬੀਆਂ ਨਾਲ, ਇਹ ਕੈਪਟਨ ਸਰਕਾਰ ਜਿਹੜੀ ਹੈ ਇਹ ਫੇਲ ਹੋ ਚੁੱਕੀ ਹੈ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਰਾਹੁਲ ਗਾਂਧੀ ਨੂੰ ਨਕਾਰ ਦਿੱਤਾ ਗਿਆ ਜੀ, ਔਰ BJP EVM ਦੀ ਗੜਬੜੀ ਕਰਕੇ ਦੁਬਾਰਾ ਸੈਂਟਰ ਦੇ ਵਿੱਚ ਆ ਗਈ ਹੈ, ਪਰ ਲੋਕਾਂ 'ਚ ਗੁੱਸਾ ਹੈ ਜੀ, ਲੋਕ ਗੁੱਸੇ ਨੇ, ਅੱਜ ਭਾਸ਼ਣ ਦੇ ਵਿੱਚ ਸਾਡੇ ਸਾਰੇ ਆਹ ਦੇਖੋ ਖੜ੍ਹੇ ਨੇ ਜੀ, ਇਹਨਾਂ ਦਾ ਬਿੱਲ ਜਿਹੜਾ ਜੀ, ਹਾਂਜੀ ਬਿਲਕੁਲ ਜੀ ਬਿਲਕੁਲ, ਇਹਨਾਂ ਦਾ ਬਿੱਲ ਜਿਹੜਾ ਨਾ ਜੀ 1,40,000, 1,43,024 ਰੁਪਏ ਬਿੱਲ ਹੈ ਜੀ, ਆਹ ਦੇਖੋ ਭਾਈ ਸਾਹਿਬ ਖੜ੍ਹੇ ਨੇ ਜੀ, ਕੀ ਕੰਮ।